ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਫਰੈਂਡਸ, ਅੱਜ ਅਸੀਂ ਗਾਵਾਂਗੇ ਸੁਹਾਗ। ਲੋਕ ਗੀਤਾਂ ਦੇ ਵਿੱਚ ਸੁਹਾਗ ਆਉਂਦੇ ਜਿਹੜੇ ਕਿ ਕੁੜੀ ਦੇ ਵਿਆਹ ਦੇ ਵਿੱਚ ਗਾਏ ਜਾਂਦੇ ਨੇਗੇ। ਕੁੜੀ ਦੇ ਵਿਆਹ ਦੇ ਵਿੱਚ ਜਿਸ ਤਰ੍ਹਾਂ ਉਹਦੇ ਵਿੱਚ ਕੁੜੀ ਦੇ ਜੋ ਵੀ ਮਨ ਦੇ ਹਾਵ ਭਾਵ ਹੁੰਦੇ ਨੇ ਉਹ ਬਿਆਨ ਕੀਤੇ ਜਾਂਦੇ ਆ, ਕੁੜੀ ਦੇ ਜੋ ਵੀ ਦਿਲ ਦੇ ਵਿੱਚ ਹੁੰਦੇ ਆ ਗੱਲਾਂ ਉਹ ਬਿਆਨ ਕੀਤੀਆਂ ਜਾਂਦੀਆਂ ਨੇ ਸੁਹਾਗ ਕੁੜੀ ਦੇ ਵਿਆਹ ਦੇ ਵਿੱਚ ਗਾਏ ਜਾਂਦੇ। ਅੱਜ ਅਸੀਂ ਮੈਂ ਅਤੇ ਮੇਰੇ ਨਾਲ ਮੇਰੀ ਭਤੀਜੀ ਅਨੁਰੀਤ, ਅੱਜ ਮੈਂ ਇਹਨੂੰ ਕੋਸ਼ਿਸ਼ ਕੀਤੀ ਹੈ ਵੀ ਮੈਂ ਉਹ ਸੁਹਾਗ ਸਿਖਾਉਣ ਦੀ ਅਤੇ ਇਹਦੇ ਨਾਲ, ਕਿਉਂਕਿ ਮੈਂ ਵੀ ਅਸੀਂ ਸਾਰੇ ਹੀ ਵੈਸੇ ਤਾਂ ਸਿੱਖ ਰਹੇ ਹੁੰਦੇ ਹੈਗੇ, ਪਰ ਫਿਰ ਵੀ ਜਿੰਨਾ ਕੁ ਸਾਨੂੰ ਸਾਡੇ ਤੋਂ ਕੋਸ਼ਿਸ਼ ਹੁੰਦੀ ਹੈ ਅਸੀਂ ਵੀ ਖੁਦ ਵੀ ਸਿੱਖਦੇ ਹਾਂ ਅਤੇ ਨਾਲ ਦੂਸਰਿਆਂ ਨੂੰ ਵੀ ਲੈ ਕੇ ਚੱਲਦੇ ਹੈਗੇ। ਅਤੇ ਅੱਜ ਅਸੀਂ ਦੋਨੇ ਸੁਹਾਗ ਤੁਹਾਨੂੰ ਗਾ ਕੇ ਸੁਣਾਵਾਂਗੇ, ਅਤੇ ਕਿਵੇਂ ਲੱਗਿਆ ਸਾਨੂੰ ਜ਼ਰੂਰ ਦੱਸਿਓ ਵੀਡੀਓ ਦੇ ਅਖੀਰ ਦੇ ਵਿੱਚ। ਅਤੇ ਅਨੁਰੀਤ ਉੱਥੇ ਸਤਿ ਸ਼੍ਰੀ ਅਕਾਲ ਤਾਂ ਬੁਲਾ ਦੇ। ਸਤਿ ਸ਼੍ਰੀ ਅਕਾਲ ਫਰੈਂਡ। ਹਾਂ, ਅਤੇ ਹੁਣ ਅਸੀਂ ਸੁਹਾਗ ਗਾ ਰਹੇ ਹਾਂ, ਸਾਡਾ ਚਿੜੀਆਂ ਦਾ ਚੰਬਾ ਬੇ ਬਾਵਲ ਅਸਾਂ ਉੱਡ ਜਾਣਾ, ਹੈ ਨਾ। ਠੀਕ ਹੈ, ਚਲੀਏ ਫਿਰ ਆਪਾਂ ਕਰੀਏ ਸ਼ੁਰੂ। ਚਲੋ ਜੀ, ਚਲੋ। ਸਾਡਾ ਚਿੜੀਆਂ ਦਾ ਚੰਬਾ ਬੇ ਬਾਬਲੀ ਅਸਾਂ ਉੱਡ ਜਾਣਾ, ਸਾਡੀ ਲੰਬੀ ਚਿੜੀਆਂ ਦਾ ਚੰਬਾ ਵੇ ਬਾਬਲੇ ਅਸਾਂ ਉੱਡ ਜਾਣਾ, ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲੇ ਡੋਲਾ ਨਹੀਂ ਲੰਘਦਾ, ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ ਬਾਬਲੀ ਡੋਲਾ ਨਹੀਂ ਲੰਘਦਾ। ਫਿਰ ਬਾਬਲ ਕਹਿੰਦਾ ਇੱਕ ਇੱਟ ਬੂਟਾ ਦੇਵਾ, ਕਹਿੰਦੀ ਆ ਤੇਰੇ
ਫਿਰ ਕਹਿੰਦੀ ਆ ਤੇਰੇ ਮੈਲਾਂ ਦੇ ਵਿੱਚ ਮੇਰੀਆਂ ਕਤਣੇ ਪੋਤਰੀਆਂ ਤੀ ਕਰ ਜਾਏ ਆਪਣੇ ਮੇਰੀਆਂ ਕਤਣੇ ਪੋਤਰੀਆਂ ਤੀ ਕਰ ਜਾਏ ਆਪਣੇ ਠੀਕ ਹੈ ਅੱਗੇ ਜਾਓ ਮੇਰਾ ਛੁੱਟਾ ਕਸੀ ਦੜਾਵੇ ਬਾਬਲ ਦੱਸ ਕੌਣ ਕੱਢੂ ਫਿਰ ਕੁੜੀ ਕਹਿੰਦੀ ਆ ਮੇਰਾ ਛੁੱਟਾ ਕਸੀ ਦੜਾਵੇ ਬਾਬਲ ਦੱਸ ਕੌਣ ਕੱਢੂ ਮੇਰੀਆਂ ਕੱਢਣ ਪੋਤਰੀਆਂ ਕਰ ਜਾਏ ਆਪਣੇ ਮੇਰੀਆਂ ਕੱਢਣ ਪੋਤਰੀਆਂ ਕਰ ਜਾਏ ਆਪਣੇ ਠੀਕ ਹੈ ਸੋ ਫਰੈਂਡਸ ਇਹ ਸੀ ਸੁਹਾਗ ਕੁੜੀਆਂ ਦੇ ਵਿਆਹ 'ਤੇ ਜਦੋਂ ਗਾਏ ਜਾਂਦੇ ਸੁਹਾਗ ਹੁੰਦੇ ਆ ਇੱਕ ਕੁੜੀ ਆਪਣੇ ਬਾਬਲ ਅੱਗੇ ਇੱਕ ਬੇਨਤੀ ਕਰਦੀ ਹੈ ਕਿ ਮੈਨੂੰ ਮੇਰੇ ਘਰ ਜਿਹੜਾ ਹੈਗਾ ਨਾਂ ਤੋਰਿਆ ਜਾਵੇ ਕਿਉਂਕਿ ਬਾਬਲ ਦਾ ਬੇੜਾ ਸੁੰਨਾ ਹੋ ਜਾਵੇਗਾ ਪਰ ਇੱਕ ਜਿਹੜੀ ਸਾਡੇ ਸਮਾਜ ਦੀ ਇੱਕ ਪਰੰਪਰਾ ਬਣੀ ਹੋਈ ਹੈ ਕਿ ਧੀਆਂ ਵਿਆਹ ਕਰਾ ਕੇ ਆਪਣੇ ਘਰ ਜਾਂਦੀਆਂ ਨੇਗੀਆਂ ਅਤੇ ਉਹ ਫਿਰ ਫਰਿਆਦ ਕਰਦੀ ਹੁੰਦੀ ਹੈ ਕਿ ਬਾਬਲ ਤੇਰੇ ਘਰ ਗੁੱਡੀਆਂ ਕੌਣ ਖੇਡੂਗਾ ਅਤੇ ਚਰਖੇ ਕੌਣ ਕੱਤੂਗਾ ਕਸੀਦਾ ਕੌਣ ਕੱਢੂਗਾ ਸੋ ਇਹ ਸਾਰੀਆਂ ਦਿਲ ਦੇ ਹਾਵ ਭਾਵ ਇੱਕ ਧੀ ਆਪਣੇ ਬਾਬਲ ਅੱਗੇ ਬਿਆਨ ਕਰਦੀ ਹੈ ਔਰ ਬਹੁਤ ਹੀ ਨਿੱਘ ਅਤੇ ਪਿਆਰ ਜਿਹੜਾ ਇਹਨਾਂ ਗੀਤਾਂ ਦੇ ਵਿੱਚ ਭਰਿਆ ਹੁੰਦਾ ਗਾ ਆਪਣਿਆਂ ਦੇ ਪ੍ਰਤੀ ਸੋ ਇਹ ਜਿਹੜਾ ਸੀ ਅੱਜ ਤੁਹਾਨੂੰ ਸਾਡਾ ਚਿੜੀਆਂ ਦਾ ਚੰਬਾ ਵੀ ਬਾਬਲ ਅਸਾਂ ਉੱਡ ਜਾਣਾ ਤੁਹਾਨੂੰ ਅਸੀਂ ਦੋਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਗਾ ਕੇ ਸੁਣਾਈਏ ਔਰ ਮੇਰੀ ਇਹ ਭਤੀਜੀਆਂ ਨੂੰ ਰੀਤ ਇਹ ਵੀ ਬਹੁਤ ਵਧੀਆ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਤਿਆਰੀ ਚੱਲਦੀ ਰਹੀ ਵੀ ਬਹੁਤ ਵਧੀਆ ਗਾਉਣ ਲੱਗ ਜਾਊਗੀ ਔਰ ਨਾਲ ਨਾਲ ਅਸੀਂ ਵੀ ਸਿੱਖੀ ਜਾਂਦੇ ਹਾਂ ਸੋ ਕਮੀਆਂ ਗਲਤੀਆਂ ਸਭ ਤੋਂ ਹੋ ਜਾਂਦੀਆਂ ਨੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਇਹ ਸਾਡੀ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਸਾਡੀ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਜ਼ਰੂਰ ਕਰਨਾ ਅਤੇ ਨਾਲ ਨਾਲ ਸਾਨੂੰ ਇਸੇ ਤਰ੍ਹਾਂ ਸਾਡਾ ਤੁਹਾਡਾ ਜਿਹੜਾ ਸਾਥ ਹੈ ਸਾਨੂੰ ਦਿੰਦੇ ਰਹਿਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਅਤੇ ਅੱਗੇ ਵੀ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਅਸੀਂ ਆਉਂਦੇ ਰਹਾਂਗੇ ਅਤੇ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੇ ਹੋ ਅਤੇ ਹੁਣ ਅਸੀਂ ਜਾ ਰਹੇ ਹਾਂ ਜੀ ਸਾਡੀ ਉਮੀਦ ਦੀ ਗੱਲ ਜ਼ਰੂਰ ਮੰਨ ਲੈਣਾ ਅਤੇ ਬੈਲ ਆਈਕਨ ਜ਼ਰੂਰ ਦਬਾਉਣਾ ਅਤੇ ਹੁਣ ਸਾਨੂੰ ਦਿਓ ਵਿਦਾ ਸਤਿ ਸ਼੍ਰੀ ਅਕਾਲ